ਸ਼ਾਤਰੀਆ ਕਾਲ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟੀਵੀ ਤੇ ਮੈਂ ਅੱਜ ਜੱਜ ਸਿੰਘ ਚਾਹਲ ਅੱਜ ਦੇ ਪੰਜਾਬੀ ਪ੍ਰਾਈਮ ਟਾਈਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬੀ ਪ੍ਰਾਈਮ ਟਾਈਮ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਰ ਪੀ ਜੀ ਅਟੈਕ ਦੀ ਜਿਸ ਤੋਂ ਬਾਅਦ ਐਨ ਆਈਏ ਦੀ ਟੀਮ ਤਰਨ ਤਾਰਨ ਪਹੁੰਚ ਗਈ ਹੈ ਹਾਈ ਅਲਰਟ ਦੇ ਬਾਵਜੂਦ ਥਾਣੇ ਤੇ ਹਮਲਾ ਕਿਵੇਂ ਹੋ ਗਿਆ ਪੰਜਾਬ ਪੁਲਿਸ ਤੇ ਵੀ ਸਵਾਲ ਉੱਠਦੇ ਦਿਖਾਈ ਦਿੰਦੇ ਨੇ ਗੋਲਡੀ ਬਰਾੜ ਫੜਿਆ ਗਿਆ ਹੈ ਜਾਂ ਫਿਰ ਨਹੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਕੀ ਬੋਲੇ ਨੇ ਤੁਹਾਨੂੰ ਉਸ ਬਾਰੇ ਵੀ ਦੱਸਾਂਗੇ ਬੀਬੀਆਂ ਨੂੰ 1000 ਰੁਪਏ ਦੇਣ ਨੂੰ ਲੈ ਕੇ ਅਹਿਮ ਜਾਣਕਾਰੀ ਮੁੱਖ ਮੰਤਰੀ ਦੇ ਵੱਲੋਂ ਦਿੱਤੀ ਗਈ ਹੈ ਅਕਾਲੀ ਦਲ ਨੇ ਆਪਣੇ ਇੱਕ ਹੋਰ ਲੀਡਰ ਨੂੰ ਬਾਹਰ ਕੱਢ ਦਿੱਤਾ ਹੈ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਪਰ ਸਭ ਤੋਂ ਪਹਿਲਾਂ ਸ਼ੁਰੂਆਤ RPG ਅਟੈਕ ਉਹ ਕਰਦੇ ਹਾਂ ਕੁਝ ਮਹੀਨੇ ਪਹਿਲਾਂ ਮੁਹਾਲੀ ਦੇ ਵਿੱਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਦੇ ਦਫ਼ਤਰ ਦੇ ਉੱਪਰ RPG ਦਾ ਇੱਕ ਅਟੈਕ ਹੋਇਆ ਸੀ ਰਾਕਟ ਪ੍ਰੋਪੈਲਡ ਗਰਨੇਡ ਇਸ ਨੂੰ ਕਿਹਾ ਜਾਂਦਾ ਹੈ ਇਹ ਅਟੈਕ ਹੋਇਆ ਸੀ ਉਸ ਤੋਂ ਬਾਅਦ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਸਵਾਲਾਂ ਦੇ ਘੇਰੇ ਵਿੱਚ ਕਿਰ ਗਈ ਸੀ ਅਤੇ 9 ਦਸੰਬਰ ਦੀ ਰਾਤ ਨੂੰ ਇੱਕ ਹੋਰ ਹਮਲਾ ਤਰਨਤਾਰਨ ਜ਼ਿਲ੍ਹੇ ਦੇ ਸਰਹਾਲੀ ਪੁਲਿਸ ਥਾਣੇ ਦੇ ਉੱਪਰ ਵੀ RPG ਦਾ ਅਟੈਕ ਹੋ ਗਿਆ ਜਿਸ ਤੋਂ ਬਾਅਦ ਹੁਣ ਪੂਰੇ ਪੰਜਾਬ ਦੇ ਵਿੱਚ ਚਰਚਾ ਚੱਲਦੀ ਦਿਖਾਈ ਦਿੰਦੀ ਹੈ ਕਿ ਆਖਰ ਪੰਜਾਬ ਦੇ ਵਿੱਚ ਅਜਿਹੇ ਘਟਨਾਵਾਂ ਦੇ ਵਿੱਚ ਵਾਧਾ ਕਿਉਂ ਹੋ ਰਿਹਾ ਹੈ ਡੀਜੀਪੀ ਪੰਜਾਬ ਗੌਰਵ ਯਾਦਵ ਸਰਹਾਲੀ ਥਾਣੇ ਦੇ ਵਿੱਚ ਪਹੁੰਚੇ ਉੱਥੇ ਪਹੁੰਚ ਕੇ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਜੋ ਹੁਣ ਤੱਕ ਸਾਡੇ ਵੱਲੋਂ ਜਾਂਚ ਕੀਤੀ ਗਈ ਹੈ ਉਸ ਦੇ ਮੁਤਾਬਕ 9 ਦਸੰਬਰ ਦੀ ਰਾਤ 11:22 ਮਿੰਟ ਤੇ ਇਹ ਹਮਲਾ ਇਸ ਥਾਣੇ ਤੇ ਹੋਇਆ ਆਰਪੀਜੀ ਦੇ ਨਾਲ ਅਟੈਕ ਕੀਤਾ ਗਿਆ ਜਿਹੜਾ ਥਾਣੇ ਦੇ ਸਾਹਮਣੇ ਹਾਈਵੇ ਹੈ ਉਸ ਦੇ ਉੱਪਰ ਖੜ ਕੇ ਰਾਕਟ ਲਾਂਚਰ ਦੀ ਮਦਦ ਦੇ ਨਾਲ ਇਹ ਆਰਪੀਜੀ ਅਟੈਕ ਥਾਣੇ ਦੇ ਉੱਪਰ ਕੀਤਾ ਗਿਆ ਹੈ ਬੀਜੀਪੀ ਨੇ ਜਾਣਕਾਰੀ ਦਿੱਤੀ ਕਿ ਜਿਹੜਾ ਗਰਨੇਡ ਇਸ ਦੇ ਵਿੱਚ ਵਰਤਿਆ ਗਿਆ ਹੈ ਉਹ ਮਿਲਟਰੀ ਮਟੀਰੀਅਲ ਹੈ ਇਸ ਦਾ ਮਤਲਬ ਹੈ ਕਿ ਗਵਾਂਡੀ ਮੁਲਕ ਪਾਕਿਸਤਾਨ ਦੇ ਵੱਲੋਂ ਹੀ ਇਹ ਹਥਿਆਰ ਭਾਰਤ ਦੇ ਵਿੱਚ ਭੇਜਿਆ ਗਿਆ ਹੈ ਜਿਸ ਨੂੰ ਕਿ ਸਿੱਧੇ ਤੌਰ ਤੇ ਟਰਾਂਸ ਬਾਰਡਰ ਹੁਣ ਕਾਰਵਾਈ ਮੰਨਿਆ ਜਾ ਸਕਦਾ ਹੈ ਭਾਵੇਂ ਪਾਕਿਸਤਾਨ ਦੇ ਵੱਲੋਂ ਭਾਰਤ ਤੇ ਹਮਲਾ ਕੀਤਾ ਗਿਆ ਹੈ ਅਜਿਹਾ ਮੰਨਿਆ ਜਾ ਸਕਦਾ ਹੈ ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਦਿੱਤੀ ਹੈ ਕਹਿੰਦੇ ਨੇ ਗਰਨੇਡ ਅਸੀਂ ਬਰਾਮਦ ਕਰ ਲਿਆ ਹੈ ਫੋਰੈਂਸਿਕ ਟੀਮਾਂ ਪਹੁੰਚ ਗਈਆਂ ਨੇ ਆਰਮੀ ਸਕੁਐਡ ਵੀ ਠਾਣੇ ਦੇ ਬਾਹਰ ਲਾ ਦਿੱਤੇ ਗਏ ਨੇ ਅਤੇ ਪੂਰੀ ਤਰ੍ਹਾਂ ਸੁਰੱਖਿਆ ਨੂੰ ਵੀ ਚਾ ਜੋ ਬੰਦ ਕਰ ਦਿੱਤਾ ਗਿਆ ਏ ਜਾਂਚ ਕਰਾਂਗੇ ਮੂੰਹ ਤੋੜਵਾ ਜਵਾਬ ਦੇਵਾਂਗੇ ਚੁੱਪ ਕਰਕੇ ਨਹੀਂ ਬੈਠਾਂਗੇ ਕਾਇਰ ਨੇ ਜਿਹੜੇ ਇਸ ਤਰੀਕੇ ਨਾਲ ਰਾਤ ਨੂੰ ਹਮਲਾ ਕਰਦੇ ਨੇ ਉਹ ਕਾਇਰ ਨੇ ਮੈਂ ਉਹਨਾਂ ਨੂੰ ਚੁਣੌਤੀ ਦਿੰਦਾ ਹਾਂ ਕਿ ਸਾਹਮਣੇ ਆ ਕੇ ਪੰਜਾਬ ਪੁਲਿਸ ਦਾ ਸਾਹਮਣਾ ਕਰੋ ਫਿਰ ਅਸੀਂ ਤੁਹਾਨੂੰ ਦੱਸਾਂਗੇ ਅਸੀਂ ਇਹਨਾਂ ਨੂੰ ਮੂੰਹ ਤੋੜਵਾ ਜਵਾਬ ਦੇਵਾਂਗੇ ਬੜਕਾ ਮਾਰਦੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਇਸ ਮੌਕੇ ਦਿਖਾਈ ਦਿੱਤੇ ਨੇ ਜਾਣਕਾਰੀ ਸਾਹਮਣੇ ਇਹ ਆਈ ਕਿ ਸਿਕਸ ਫਾਰ ਜਸਟਿਸ ਦੇ ਗੁਰਪਤਵੰਨ ਸਿੰਘ ਪੰਨੂ ਦੇ ਵੱਲੋਂ ਇਸ ਹਮਲੇ ਦੀ ਜ਼ਿੰਮੇਵਾਰੀ ਲੈ ਲਈ ਗਈ ਜਾਣਕਾਰੀ ਦੇ ਵਿੱਚ ਪਤਾ ਇਹ ਲੱਗਾ ਕਿ ਗੁਰਪਤਵੰਨ ਸਿੰਘ ਪੰਨੂ ਨੇ ਕਿਹਾ ਹੈ ਕਿ ਬੀਤੀ ਰਾਤ ਜਲੰਧਰ ਦੇ ਵਿੱਚ ਜੋ ਲੋਕਾਂ ਦੇ ਘਰ ਟਾਏ ਗਏ ਸਨ ਉਸ ਦਾ ਬਦਲਾ ਇਹ ਲਿਆ ਗਿਆ ਹੈ। ਉਹਨਾਂ ਨੇ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਬੰਬ ਦੇ ਨਾਲ ਉਡਾਉਣ ਦੀ ਧਮਕੀ ਦੇ ਦਿੱਤੀ। ਇਹ ਕਹਿ ਕੇ ਕਿ ਬਿਆਨ ਸਿੰਘ ਦੀ ਰਾਤ ਇਹ ਭਗਵੰਤ ਸਿੰਘ ਤੁਰਿਆ ਹੋਇਆ ਹੈ। ਇਸ ਕਰਕੇ ਬਿਆਨ ਸਿੰਘ ਦੇ ਕੋਲ ਹੀ ਭਗਵੰਤ ਮਾਨ ਨੂੰ ਵੀ ਪਹੁੰਚਾ ਦੇਵਾਂਗੇ। ਅਜਿਹੀਆਂ ਧਮਕੀਆਂ ਦਿੱਤੀਆਂ ਗਈਆਂ ਪੰਨੂ ਦੇ ਵੱਲੋਂ। ਡੀਜੀਪੀ ਤੋਂ ਪੁੱਛਿਆ ਗਿਆ ਉਹ ਕਲੇਮ ਕਰ ਰਹੇ ਨੇ ਐਸਐਫਜੀ ਵਾਲੇ ਜੀ ਜੀ ਨੇ ਕਿਹਾ ਕਿ ਉਹਨਾਂ ਦੇ ਦਾਅਵੇ ਦੀ ਵੀ ਅਸੀਂ ਜਾਂਚ ਕਰ ਰਹੇ ਹਾਂ ਕਿ ਕਿੰਨਾ ਕੁ ਉਹਨਾਂ ਦੇ ਦਾਅਵੇ ਦੇ ਵਿੱਚ ਸੱਚ ਹੈ ਕਾਰਵਾਈਆਂ ਕਰਾਂਗੇ ਬਖਸ਼ਾਂਗੇ ਕਿਸੇ ਨੂੰ ਵੀ ਨਹੀਂ ਡੀਜੀਪੀ ਪੰਜਾਬ ਦੇ ਵੱਲੋਂ ਇਹ ਐਲਾਨ ਇਥੇ ਕਰ ਦਿੱਤਾ ਗਿਆ ਅੱਗੇ ਵਧਦੇ ਆ ਪੰਜਾਬ ਦੇ ਵਿੱਚ ਹਾਈ ਅਲਰਟ ਸੀ ਇਹ ਹਾਈ ਅਲਰਟ ਸੀ ਕਿ ਪੰਜਾਬ ਦੀਆਂ ਸਰਕਾਰੀ ਸੰਸਥਾਵਾਂ 'ਤੇ ਅਤਵਾਦੀ ਹਮਲਾ ਹੋ ਸਕਦਾ ਹੈ ਜਾਂ ਫਿਰ ਗੈਂਗਸਟਰਾਂ ਦੇ ਵੱਲੋਂ ਹਮਲਾ ਕੀਤਾ ਜਾ ਸਕਦਾ ਹੈ। ਸਰਹਾਲੀ ਦੇ ਇਸ ਥਾਣੇ ਦੇ ਵਿੱਚ ਜਿੱਥੇ ਹਮਲਾ ਹੋਇਆ ਏ ਇਸ ਥਾਣੇ ਦੀ ਬਾਹਰ ਕੰਧ 'ਤੇ ਵੀ ਇੱਕ ਐਸਐਸਪੀ ਦਾ ਹੁਕਮ ਪੋਸਟਰ ਲੱਗਾ ਮਿਲਿਆ ਜਿਸ 'ਤੇ ਸਾਫ਼ ਤੌਰ 'ਤੇ ਲਿਖਿਆ ਹੋਇਆ ਸੀ ਕਿ ਸੁਰੱਖਿਆ ਵਧਾ ਦਿਓ ਅਤਵਾਦੀਆਂ ਦੇ ਵੱਲੋਂ ਗੈਂਗਸਟਰਾਂ ਦੇ ਵੱਲੋਂ ਥਾਣਿਆਂ 'ਤੇ ਵੀ ਹਮਲਾ ਕੀਤਾ ਜਾ ਸਕਦਾ ਹੈ ਜਾਨੀ ਅਤੇ ਮਾਲੀ ਨੁਕਸਾਨ ਕਰਨ ਦੇ ਲਈ। ਇਸ ਦੇ ਬਾਵਜੂਦ ਥਾਣੇ ਤੇ ਅੱਧੀ ਰਾਤ ਨੂੰ ਹਮਲਾ ਹੋ ਗਿਆ ਅਤੇ ਪੰਜਾਬ ਪੁਲਿਸ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਇਸ ਤੋਂ ਬਾਅਦ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਉੱਠਦੇ ਦਿਖਾਈ ਦਿੰਦੇ ਨੇ ਕਿ ਹਾਈ ਅਲਰਟ ਤੇ ਸੀ ਪੂਰਾ ਪੰਜਾਬ ਅਤੇ ਥਾਣੇ ਦੇ ਬਾਹਰ ਪੋਸਟਰ ਵੀ ਲੱਗੇ ਹੋਏ ਸਨ ਕਿ ਧਿਆਨ ਰੱਖਣਾ ਹੈ ਇਸ ਦੇ ਬਾਵਜੂਦ ਹਮਲਾ ਹੋ ਗਿਆ ਜਿਉਂ ਹੀ ਪੱਤਰਕਾਰਾਂ ਦੇ ਵੱਲੋਂ ਇਸ ਪੋਸਟਰ ਦੀਆਂ ਫੋਟੋਆਂ ਖਿੱਚੀਆਂ ਜਾਣ ਲੱਗ ਪਈਆਂ ਤਾਂ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕੰਦ ਤੇ ਲੱਗਾ ਇਹ ਪੋਸਟਰ ਹੀ ਪਾੜ ਦਿੱਤਾ ਗਿਆ ਜਿਸ ਤੋਂ ਬਾਅਦ ਸਵਾਲ ਉੱਠੇ ਕਿ ਜਿੰਨਾ ਹੁਣ ਚਾਕ ਚੋ ਬੰਦ ਤਰੀਕਾ ਜਿੰਨੀ ਹੁਣ ਤੇਜੀ ਪੁਲਿਸ ਦੇ ਵੱਲੋਂ ਇਸ ਪੋਸਟਰ ਨੂੰ ਪਾੜਨ ਦੇ ਵਿੱਚ ਦਿਖਾਈ ਗਈ ਹੈ ਜੇਕਰ ਉਨੀ ਹੀ ਮੁਸਤੈਦੀ ਦਿਖਾਈ ਗਈ ਹੁੰਦੀ ਥਾਣੇ ਨੂੰ ਬਚਾਉਣ ਦੇ ਵਿੱਚ ਤਾਂ ਆਰਪੀਜੀ ਅਟੈਕ ਨਾ ਹੋ ਪਉਂਦਾ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਉੱਠਦੇ ਦਿਖਾਈ ਦਿੰਦੇ ਨੇ ਅੱਗੇ ਵਧਦੇ ਆ ਹੁਣ ਜੇਕਰ ਮਾਨ ਸਰਕਾਰ ਦੇ ਛੋਟੇ ਜਿਹੇ ਕਾਰਜਕਾਲ ਦੇ ਵਿੱਚ ਹੀ ਦੋ ਆਰਪੀਜੀ ਅਟੈਕ ਕੋ ਵੀ ਥਾਣਿਆਂ ਤੇ ਹੀ ਹੋ ਗਏ ਨੇ ਤਾਂ ਫਿਰ ਵਿਰੋਧੀ ਪਾਰਟੀਆਂ ਚੁੱਪ ਕਿਵੇਂ ਰਹਿ ਸਕਣਗੇ ਆਡੇ ਵਿਰੋਧੀ ਪਾਰਟੀਆਂ ਨੇ ਤਾਂ ਗ੍ਰਹਿ ਮੰਤਰੀ ਭਗਵੰਤ ਸਿੰਘ ਮਾਨ ਦਾ ਅਸਤੀਫਾ ਮੰਗ ਲਿਆ ਏ ਵਿਰੋਧੀ ਪਾਰਟੀਆਂ ਦੇ ਵੱਲੋਂ ਹਮਲੇ ਕੀਤੇ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਏ ਕਿ ਹੁਣ ਇਹਨਾਂ ਦੇ ਕੋਲੋਂ ਸੰਭਾਲਿਆ ਨਹੀਂ ਜਾਣਾ ਜੇਕਰ ਸੰਭਾਲਿਆ ਜਾਣਾ ਹੁੰਦਾ ਤਾਂ 9 ਮਹੀਨੇ 8 ਮਹੀਨੇ ਬਹੁਤ ਹੁੰਦੇ ਨੇ ਸੰਭਾਲ ਲੈਣਾ ਸੀ ਜੇਕਰ ਹੁਣ ਆਮ ਆਦਮੀ ਪਾਰਟੀ ਦਾਵਾ ਕਰੇ ਕਿ ਅਸੀਂ ਸੰਭਾਲ ਲਵਾਂਗੇ ਤਾਂ ਉਸ ਦਾਅਵੇ ਦੇ ਵਿੱਚ ਕੋਈ ਵੀ ਦਮ ਨਹੀਂ ਹੈ ਮੁੱਖ ਮੰਤਰੀ ਦਾ ਅਹੁਦਾ ਹੀ ਛੱਡ ਦੇਣਾ ਚਾਹੀਦਾ ਹੈ ਭਗਵੰਤ ਸਿੰਘ ਮਾਨ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਭਗਵੰਤ ਮਾਨ ਦਾ ਅਸਤੀਫਾ ਮੰਗਲਿਆਈ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਦਾ ਕਹਿਣਾ ਹੈ ਕਿ ਜਦੋਂ ਯੂਪੀ ਤੋਂ ਵੀ ਟੱਪ ਗਿਆ ਪੰਜਾਬ ਦੇ ਵਿੱਚ ਕ੍ਰਾਈਮ ਰੇਟ ਉਦੋਂ ਫਿਰ ਪੰਜਾਬ ਦੇ ਮੁੱਖ ਮੰਤਰੀ ਤੁਲਨਾ ਕਿਸ ਸੂਬੇ ਦੇ ਨਾਲ ਕਰਨਗੇ ਜਾਗਣਾ ਚਾਹੀਦਾ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਤਾਂ ਹੈਸ਼ਟੈਗ ਡਰਦਾ ਪੰਜਾਬ ਹੀ ਆਪਣੇ ਟਵੀਟ ਦੇ ਵਿੱਚ ਵਰਤ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਹਰ ਸਿਮਰਤ ਕੌਰ ਬਾਦਲ ਸੁਖਬੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀ ਆਸਕਜੰਦਰ ਸਿੰਘ ਰੰਧਾਵਾ ਅਮਰਿੰਦਰ ਸਿੰਘ ਰਾਜਾ ਵੜਿੰਗ ਭਾਰਤੀ ਜਨਤਾ ਪਾਰਟੀ ਦੇ ਵੱਖ-ਵੱਖ ਆਗੂਆਂ ਦੇ ਵੱਲੋਂ ਇੱਥੇ ਨਿਸ਼ਾਨੇ ਸਾਦੇ ਗਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਆਗੂਆਂ ਨੇ ਕਿਹਾ ਕਿ ਹੁਣ ਮੁੱਖ ਮੰਤਰੀ ਦੀ ਵਾਗਡੋਰ ਆਪਣੇ ਹੱਥਾਂ ਦੇ ਵਿੱਚ ਭਗਵੰਤ ਸਿੰਘ ਮਾਨ ਨੂੰ ਲੈ ਲੈਣੀ ਚਾਹੀਦੀ ਹੈ ਰਗ ਵਿਚੱਡਾ ਤੋਂ ਵਾਗਡੋਰ ਵਾਪਸ ਲੈ ਲੈਣੀ ਚਾਹੀਦੀ ਹੈ ਇਹ ਸਲਾਹ ਵੀ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਭਗਵੰਤ ਸਿੰਘ ਮਾਨ ਨੂੰ ਦਿੱਤੀ ਗਈ ਹੈ ਕੱਲ ਜੇਕਰ ਆਮ ਆਦਮੀ ਪਾਰਟੀ ਦੀ ਕਰੀਏ ਤਾਂ ਆ ਪੰਜਾਬ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਕਹਿੰਦੇ ਨੇ ਜਦੋਂ ਤੋਂ ਸਾਡੀ ਦੀ ਸਰਕਾਰ ਪੰਜਾਬ ਦੇ ਵਿੱਚ ਬਣੀ ਹੈ ਅਸੀਂ ਗੈਂਗਟਰਾਂ ਦੇ ਖਿਲਾਫ ਅਤੇ ਗੈਰ ਸਮਾਜਿਕ ਤੱਤਾਂ ਦੇ ਖਿਲਾਫ ਸਿਕੰਜਾ ਕੱਸਿਆ ਹੈ ਉਹ ਬਖਲਾਹੜ ਦੇ ਵਿੱਚ ਆ ਗਏ ਨੇ ਜਿਹੜੇ ਗੈਰ ਸਮਾਜਿਕ ਤੱਤ ਨੇ ਉਹ ਬਖਲਾ ਗਏ ਨੇ ਤੜਫੇ ਪਏ ਨੇ ਕਿਉਂਕਿ ਅਸੀਂ ਕਾਰਵਾਈਆਂ ਬਹੁਤ ਉਹਨਾਂ ਤੇ ਸਖਤ ਕਰ ਰਹੇ ਹਾਂ ਇਸੇ ਬਖਲਾਹੜ ਦੇ ਵਿੱਚ ਆ ਕੇ ਉਹਨਾਂ ਦੇ ਵੱਲੋਂ ਅਜਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਪਰ ਲਿਹਾਜ਼ ਨਹੀਂ ਕਰਾਂਗੇ ਬਖਸ਼ਾਂਗੇ ਨਹੀਂ ਕਿਉਂਕਿ ਹੁਣ ਗੈਂਗਟਰਾਂ ਅਤੇ ਆਤਵਾਦੀਆਂ ਨੂੰ ਰਾਜਨੀਤਿਕ ਪੁਸ਼ਤਪਨਾਈ ਬਿਲਕੁਕੁਲ ਨਹੀਂ ਮਿਲ ਰਹੀ ਹੈ ਸਾਡੀ ਸਰਕਾਰ ਦਾ ਇਸ ਦੇ ਵਿੱਚ ਬਿਲਕੁਲ ਜ਼ੀਰੋ ਟੋਲਰੈਂਸ ਵਾਲਾ ਰਵਈਆ ਹੋਵੇਗਾ ਬਿਲਕੁਲ ਕੁਝ ਵੀ ਬਰਦਾਸ਼ਤ ਨਹੀਂ ਕਰਾਂਗੇ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਗੱਲ ਆਖ ਦਿੱਤੀ ਗਈ ਹੈ ਕੈਬਨਰ ਮੰਤਰੀ ਹਰਪਾਲ ਸਿੰਘ ਚੀਮਾ ਕਹਿੰਦੇ ਨੇ ਪੰਜਾਬ ਦਾ ਮਾਹੌਲ ਵਿਗਾੜਨ ਦੀ ਇਜਾਜ਼ਤ ਆ ਗਿਆ ਕਿਸੇ ਨੂੰ ਵੀ ਨਹੀਂ ਦੇਵਾਂਗੇ ਸ਼ਾਂਤੀ ਭਰਿਆ ਮਾਹੌਲ ਬਣਾ ਕੇ ਰੱਖਣਾ ਸਾਡੀ ਸਰਕਾਰ ਦੀ ਪਹਿਲ ਹੈ ਮਾਨ ਸਰਕਾਰ ਦੇ ਵੱਲੋਂ ਇੱਥੇ ਇਹ ਦਾਅਵੇ ਕੀਤੇ ਜਾ ਰਹੇ ਨੇ ਅਗਲੀ ਖਬਰ ਦੇ ਵੱਲ ਵਧਦੇ ਹਾਂ ਗੈਂਗਸਟਰ 골ਡੀ ਬਰਾੜ ਫੜਿਆ ਗਿਆ ਏ ਜਾਂ ਫਿਰ ਨਹੀਂ ਇਸ ਨੂੰ ਲੈ ਕੇ ਕੋਈ ਵੀ ਮੂੰਹ ਖੋਲਣ ਨੂੰ ਤਿਆਰ ਨਹੀਂ ਹੈ ਭਾਵੇਂ ਕਿ ਗੁਜਰਾਤ ਦੀਆਂ ਚੋਣਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਹਿ ਦਿੱਤਾ ਕਿ ਗੋਲਡੀ ਬਰਾੜ ਫੜਿਆ ਗਿਆ ਏ ਪਰ ਹੁਣ ਭਗਵੰਤ ਸਿੰਘ ਮਾਨ ਵੀ ਇਸ ਤੇ ਬਿਆਨ ਦੇਣ ਨੂੰ ਤਿਆਰ ਨਹੀਂ ਜਾਪਦੇ ਪੱਤਰਕਾਰਾਂ ਦੇ ਵੱਲੋਂ ਗੋਲਡੀ ਬਰਾੜ ਬਾਰੇ ਸਵਾਲ ਪੁੱਛਿਆ ਗਿਆ ਭਗਵੰਤ ਮਾਨ ਨੇ ਕਿਹਾ ਕਿ ਇਹ ਮਾਮਲਾ ਕਨਫਿਡੈਂਸ਼ੀਅਲ ਹੈ ਕਨਫਿਡੈਂਸ਼ੀਅਲ ਦਾ ਮਤਲਬ ਹੈ ਮਾਮਲਾ ਹੈ ਗੁਪਤ ਮਾਮਲਾ ਹੈ ਸੀਕ੍ਰੀਟ ਇਸ ਬਾਰੇ ਮੈਂ ਤੁਹਾਨੂੰ ਜਾਣਕਾਰੀ ਨਹੀਂ ਦੇ ਸਕਦਾ ਭਗਵੰਤ ਮਾਨ ਨੇ ਪਹਿਲਾਂ ਕਿਹਾ ਸੀ ਕਿ ਹਾਂ 골ਡੀ ਬਰਾਡ ਫੜਿਆ ਗਿਆ ਹੈ 골ਡੀ ਬਰਾਡ ਨੇ ਟੈਲੀਫੋਨਿਕ ਇੰਟਰਵਿਊ ਦੇ ਜ਼ਰੀਏ ਦਾਵਾ ਕਰ ਦਿੱਤਾ ਭਗਵੰਤ ਸਿੰਘ ਮਾਨ ਨੇ ਝੂਠ ਬੋਲਦੇ ਨੇ ਉਸ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਵੀ ਦਾਅਵੇ ਕਰ ਦਿੱਤੇ ਕਿ ਭਗਵੰਤ ਮਾਨ ਨੇ ਝੂਠ ਬੋਲਿਆ ਹੈ ਕੁਝ ਮੀਡੀਆ ਰਿਪੋਰਟਾਂ ਦੇ ਮੁਤਾਬਕ ਕੇਂਦਰੀ ਏਜੰਸੀਆਂ ਨੇ ਵੀ ਇਹ ਦਾਵਾ ਕਰ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਝੂਠ ਬੋਲਿਆ ਹੈ 골ਡੀ ਬਰਾਡ ਫੜਿਆ ਨਹੀਂ ਗਿਆ ਜਦੋਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਤੋਂ ਇਸ ਬਾਰੇ ਸਵਾਲ ਪੁੱਛਿਆ ਗਿਆ ਉਹ ਵੀ ਕੁਝ ਨਹੀਂ ਬੋਲੇ ਕਹਿੰਦੇ ਨੇ ਸਬਰ ਕਰੋ ਸਭ ਕੁਝ ਪਤਾ ਲੱਗ ਜਾਵੇਗਾ ਮੁੱਖ ਮੰਤਰੀ ਨੇ ਬਿਆਨ ਦੇ ਦਿੱਤਾ ਹੈ ਮੇਰਾ ਬਿਆਨ ਦੇਣਾ ਇਸ ਤੇ ਨਹੀਂ ਬਣਦਾ ਹੈ ਯੂਐਸਏ ਦੀਆਂ ਅਥਾਰਟिटीज ਦੇ ਨਾਲ ਅਸੀਂ ਸੰਪਰਕ ਦੇ ਵਿੱਚ ਹਾਂ ਬਸ ਇੰਨੀ ਗੱਲ ਕਹਿ ਕੇ ਡੀਜੀਪੀ ਦੇ ਵੱਲੋਂ ਇਹ ਸਵਾਲ ਟਾਲ ਦਿੱਤਾ ਗਿਆ ਕਿਉਂਕਿ ਵਿਰੋਧੀ ਪਾਰਟੀਆਂ ਖਾਸ ਤੌਰ ਤੇ ਵਿਕਰਮ ਸਿੰਘ ਮਜੀਠੀਆ ਇਹ ਮੰਗ ਕਰ ਰਹੇ ਸਨ ਕਿ ਭਗਵੰਤ ਮਾਨ ਦੀਆਂ ਪਹਿਲੀਆਂ ਗੱਲਾਂ ਵੀ ਬੜੀਆਂ ਝੂਠੀਆਂ ਨਿਕਲੀਆਂ ਨੇ ਉਸ ਤੇ ਸਾਨੂੰ ਭਰੋਸਾ ਨਹੀਂ ਹੈ ਡੀਜੀਪੀ ਨੂੰ ਬਿਆਨ ਦੇਣਾ ਚਾਹੀਦਾ ਹੈ ਪਰ ਡੀਜੀਪੀ ਨੇ ਵੀ 골ਡੀ ਬਰਾੜ ਫੜਿਆ ਗਿਆ ਜਾਂ ਫਿਰ ਨਹੀਂ ਇਸ ਬਾਰੇ ਕੁਝ ਵੀ ਸਪਸ਼ਟ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਸਮੇਂ-ਸਮੇਂ ਤੇ ਕੇਂਦਰ ਸਰਕਾਰ ਦੇ ਵੱਲੋਂ ਕੁਝ ਅਜਿਹੇ ਫਰਮਾਨ ਜਾਰੀ ਕੀਤੇ ਜਾਂਦੇ ਨੇ ਜਿਸ ਦੇ ਨਾਲ ਪੰਜਾਬ ਨੂੰ ਨੁਕਸਾਨ ਹੋ ਜਾਂਦਾ ਹੈ ਹੁਣ ਮੀਡੀਆ ਰਿਪੋਰਟਾਂ ਦੇ ਮੁਤਾਬਕ ਅਤੇ ਇਸ ਦੀ ਜਾਣਕਾਰੀ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵੀ ਦੇ ਦਿੱਤੀ ਗਈ ਹੈ ਕਿ ਕੇਂਦਰ ਸਰਕਾਰ ਨੇ ਇੱਕ ਅਜੀਹਾ ਫਰਮਾਨ ਦਿੱਤਾ ਹੈ ਜਿਸ ਦੇ ਨਾਲ ਪੰਜਾਬ ਨੂੰ 800 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ ਭਗਵੰਤ ਮਾਨ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦੇ ਵਿੱਚ ਦੱਸਿਆ ਕਿ ਕੇਂਦਰ ਸਰਕਾਰ ਨੇ ਸਾਨੂੰ ਫਰਮਾਨ ਹੁਣ ਇਹ ਸੁਣਾਇਆ ਹੈ ਕਿ ਜਿਹੜਾ ਅਸੀਂ ਉੜੀਸਾ ਦੀ ਕੋਲਾ ਖਾਣ ਤੋਂ ਪੰਜਾਬ ਦੇ ਵਿੱਚ ਬਿਜਲੀ ਪੈਦਾ ਕਰਨ ਲਈ ਕੋਲਾ ਲਿਆਉਣੇ ਆ ਆਪਣੇ ਤਾਪ ਘਰਾਂ ਦੇ ਲਈ ਥਰਮਲ ਪਲਾਂਟਾਂ ਦੇ ਲਈ ਪਹਿਲਾਂ ਉਹ ਕੋਲਾ ਰੇਲ ਗੱਡੀਆਂ ਦੇ ਜ਼ਰੀਏ ਉੜੀਸਾ ਤੋਂ ਪੰਜਾਬ ਪਹੁੰਚਦਾ ਸੀ ਹੁਣ ਕੇਂਦਰ ਸਰਕਾਰ ਨੇ ਹੁਕਮ ਇਹ ਦੇ ਦਿੱਤਾ ਹੈ ਪੰਜਾਬ ਨੂੰ ਕਿ ਤੁਸੀਂ ਰੇਲ ਗੱਡੀਆਂ ਦੇ ਜ਼ਰੀਏ ਉਹ ਕੋਲਾ ਪੰਜਾਬ ਨਹੀਂ ਲਿਆ ਸਕਦੇ ਤੁਹਾਨੂੰ ਸਮੁੰਦਰੀ ਜਹਾਜ਼ਾਂ ਦੇ ذریعے ਸਮੁੰਦਰੀ ਰਸਤੇ ਉਹ ਕੋਲਾ ਲਿਆਉਣਾ ਪਵੇਗਾ ਸ਼੍ਰੀਲੰਕਾ ਦੇ ਉੱਪਰੋਂ ਦੀ ਜਾ ਕੇ ਉੜੀਸਾ ਤੋਂ ਤੁਹਾਨੂੰ ਪਹਿਲਾਂ ਟਰੱਕਾਂ ਦੇ ਵਿੱਚ ਲੱਦ ਕੇ ਉਹ ਬੰਦਰਗਾਹਾਂ ਤੇ ਕੋਲਾ ਲਿਜਾਣਾ ਪਵੇਗਾ ਉਸ ਤੋਂ ਬਾਅਦ ਸਮੁੰਦਰੀ ਜਹਾਜ਼ਾਂ ਦੇ ਵਿੱਚ ਸ਼੍ਰੀਲੰਕਾ ਦੇ ਉੱਪਰ ਦੀ ਹੋ ਕੇ ਤੁਹਾਨੂੰ ਵਾਪਸ ਪੰਜਾਬ ਵੱਲ ਨੂੰ ਆਉਣਾ ਪਵੇਗਾ ਇਹ ਹੁਕਮ ਸੁਣਾ ਦਿੱਤਾ ਗਿਆ ਹੈ ਕੇਂਦਰ ਸਰਕਾਰ ਦੇ ਵੱਲੋਂ ਭਗਵੰਤ ਮਾਨ ਕਹਿੰਦੇ ਨੇ ਇਸ ਦੇ ਨਾਲ ਸਾਨੂੰ 800 ਕਰੋੜ ਦਾ ਨੁਕਸਾਨ ਹੋ ਜਾਣਾ ਹੈ 3-4 ਦਿਨਾਂ ਦੇ ਵਿੱਚ ਇਹ ਕੋਲਾ ਪਹੁੰਚ ਜਾਂਦਾ ਸੀ ਪੰਜਾਬ ਉੜੀਸਾ ਤੋਂ ਪੰਜਾਬ ਪਹੁੰਚ ਜਾਂਦਾ ਸੀ ਰੇਲ ਗੱਡੀ ਦੇ ਜ਼ਰੀਏ ਹੁਣ ਇਸ ਕੰਮ ਦੇ ਵਿੱਚ 20 ਤੋਂ 25 ਦਿਨ ਲੱਗ ਜਾਣੇ ਨੇ ਐਵੇਂ ਘੁੰਮਣ ਘੇਰੀਆਂ ਵਿੱਚ ਪਾ ਦਿੱਤਾ ਏ ਸਾਨੂੰ ਇਹ ਬਿਲਕੁਲ ਗਲਤ ਫੈਸਲਾ ਕੇਂਦਰ ਸਰਕਾਰ ਨੇ ਲਿਆ ਏ ਇਹ ਫੈਸਲਾ ਵਾਪਸ ਲੈਣਾ ਚਾਹੀਦਾ ਏ ਕਹਿੰਦੇ ਨੇ ਅਸੀਂ ਲੈਣ ਕੀ ਜਾਣਾ ਏ ਸ਼੍ਰੀਲੰਕਾ ਵੱਲ ਨੂੰ ਉੜੀਸਾ ਤੋਂ ਸਿੱਧਾ ਪੰਜਾਬ ਆਉਣਾ ਚਾਹੀਦਾ ਏ ਘੁਮਕਮਾ ਕੇ ਸਾਨੂੰ ਕਿਉਂ ਅਜਿਹੇ ਫਰਮਾਨ ਸੁਣਾਏ ਜਾ ਰਹੇ ਨੇ ਇਸ ਦੇ ਨਾਲ ਸਾਡੀ ਵਿੱਤੀ ਹਾਲਤ ਪਹਿਲਾਂ ਹੀ ਮਾੜੀ ਏ ਅਤੇ ਸਾਨੂੰ ਹੋਰ ਵੀ ਨੁਕਸਾਨ ਹੋ ਰਿਹਾ ਏ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਇਹ ਫੈਸਲਾ ਵਾਪਸ ਲੈਣਾ ਚਾਹੀਦਾ ਏ ਰੇਲ ਗੱਡੀਆਂ ਦੇ ਜ਼ਰੀਏ ਅਸੀਂ ਆਪਣਾ ਕੋਲਾ ਲੈ ਕੇ ਜਾਈਏ ਸਾਨੂੰ ਇਹ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਅਗਲੀ ਖਬਰ ਦੇ ਵੱਲ ਵਧਦੇ ਆ ਗੱਲ ਜੇਕਰ ਵਿੱਤੀ ਹਾਲਤ ਦੀ ਕਰ ਰਹੇ ਆ ਤਾਂ ਪੀਐਸ ਪੀਸੀਐਲ ਦੀ ਹਾਲਤ ਦਿਨ-ਬਦਿਨ ਪਤਲੀ ਹੁੰਦੀ ਦਿਖਾਈ ਦੇ ਰਹੀ ਹੈ ਜਾਗਰਨ ਦੀ ਰਿਪੋਰਟ ਦੇ ਮੁਤਾਬਕ ਪੀਐਸ ਪੀਸੀਐਲ ਦਾ ਜੋ ਸਬਸਿਡੀ ਦਾ ਬਕਾਇਆ ਪੰਜਾਬ ਸਰਕਾਰ ਦੇ ਵੱਲ ਹੈ ਉਹ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ ਇਹ ਰਿਪੋਰਟ ਦਾਵਾ ਕਰਦੀ ਹੈ ਕਿ ਜੋ ਜ਼ੀਰੋ ਬਿੱਲ ਪੰਜਾਬ ਦੇ ਲੋਕਾਂ ਨੂੰ ਆ ਰਹੇ ਨੇ ਉਹ ਪੈਸਾ ਪੰਜਾਬ ਸਰਕਾਰ ਨੇ ਪਾਵਰ ਕਾਰਪੋਰੇਸ਼ਨ ਨੂੰ ਦੇਣਾ ਹੈ ਪਰ ਉਸ ਦੀ ਜਿਹੜੀ ਸਬਸਿਡੀ ਹੈ ਉਹ ਅਜੇ ਤੱਕ ਪੰਜਾਬ ਸਰਕਾਰ ਦੇ ਵੱਲੋਂ ਪੂਰੀ ਨਹੀਂ ਦਿੱਤੀ ਗਈ ਹੈ ਰਿਪੋਰਟ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਨਵੰਬਰ ਮਹੀਨੇ ਤੱਕ ਦੀ ਸਬਸਿਡੀ ਰਾਸ਼ੀ ਦੇ ਵਿੱਚੋਂ 613 ਕਰੋੜ ਰੁਪਏ ਦੀ ਰਕਮ ਹਾਲੇ ਵੀ ਪੰਜਾਬ ਸਰਕਾਰ ਦੇ ਵੱਲ ਬਕਾਇਆ ਹੈ ਜਿਹੜੀ ਕਿ ਪੰਜਾਬ ਸਰਕਾਰ ਨੇ ਪੀਐਸ ਪੀਸੀਐਲ ਨੂੰ ਨਹੀਂ ਦਿੱਤੀ ਹੈ ਅਪ੍ਰੈਲ 2023 ਤੱਕ 11708 ਕਰੋੜ ਰੁਪਏ ਦੀ ਅਦਾਇਗੀ ਪੰਜਾਬ ਸਰਕਾਰ ਨੂੰ ਕਰਨੀ ਬਣਦੀ ਹੈ ਪੀਐਸ ਪੀਸੀਐਲ ਨੂੰ ਜਿਹੜੀ ਕਿ ਹੁਣ ਪੰਜਾਬ ਸਰਕਾਰ ਲਈ ਇੱਕ ਔਖਾ ਕੰਮ ਬਣ ਸਕਦੀ ਹੈ ਕਿਉਂਕਿ ਵਿੱਤੀ ਹਾਲਤ ਪਹਿਲਾਂ ਹੀ ਮਾੜੀ ਹੈ ਅਤੇ ਬਿਜਲੀ ਦੇ ਜਿਹੜੇ ਜ਼ੀਰੋ ਬਿੱਲ ਨੇ ਉਹ ਸਰਦੀਆਂ ਦੇ ਵਿੱਚ ਸਿਆਲ ਦੇ ਵਿੱਚ ਹੋਰ ਵੀ ਵੱਧ ਜਾਣੇ ਨੇ ਇਸ ਦੇ ਨਾਲ ਸਬਸਿਡੀ ਦਾ ਖਰਚਾ ਵੀ ਹੋਰ ਵੱਧ ਜਾਣਾ ਹੈ ਅਤੇ ਪੰਜਾਬ ਸਰਕਾਰ ਨੂੰ ਵਧੇਰੇ ਪੈਸਾ ਪੀਐਸਪੀਸੀਐਲ ਨੂੰ ਦੇਣਾ ਪੈਣਾ ਹੈ ਜਿਹੜਾ ਕਿ ਪਹਿਲਾਂ ਹੀ ਬਕਾਇਆ ਪਿਆ ਹੈ ਮੀਡੀਆ ਰਿਪੋਰਟਾਂ ਦੇ ਵਿੱਚ ਹੁਣ ਪੀਐਸਪੀਸੀਐਲ ਦੇ ਬਕਾਏ ਬਾਰੇ ਅਜਿਹੇ ਖੁਲਾਸੇ ਕੀਤੇ ਜਾਣ ਲੱਗ ਪਏ ਨੇ ਅਗਲੀ ਖਬਰ ਦੇ ਵੱਲ ਵਧਦੇ ਹਾਂ ਆਮ ਆਦਮੀ ਪਾਰਟੀ ਦੇ ਵੱਲੋਂ ਚੋਣਾਂ ਤੋਂ ਪਹਿਲਾਂ ਪੰਜਾਬ ਦੀਆਂ ਔਰਤਾਂ ਦੇ ਨਾਲ ਬੀਬੀਆਂ ਦੇ ਨਾਲ ਇੱਕ ਵਾਅਦਾ ਕੀਤਾ ਗਿਆ ਸੀ ਕਿ ਜਿੰਨੀਆਂ ਵੀ ਪੰਜਾਬ ਦੀਆਂ 18 ਸਾਲ ਤੋਂ ਉੱਪਰ ਦੀਆਂ ਔਰਤਾਂ ਨੇ ਬੀਬੀਆਂ ਨੇ ਲੜਕੀਆਂ ਨੇ ਧੀਆ ਪੈਣਾ ਨੇ ਉਹਨਾਂ ਸਾਰੀਆਂ ਨੂੰ ਪ੍ਰਤੀ ਮਹੀਨਾ 1000 ਰੁਪਏ ਸਾਡੀ ਸਰਕਾਰ ਦੇ ਵੱਲੋਂ ਦਿੱਤਾ ਜਾਵੇਗਾ ਸਰਕਾਰ ਬਣੀ ਨੂੰ ਸਾਲ ਦੇ ਕਰੀਬ ਸਮਾਂ ਹੋ ਚੱਲਿਆ ਏ ਅਜੇ ਤੱਕ ਸਰਕਾਰ ਦੇ ਵੱਲੋਂ ਇੱਕ ਵੀ ਰੁਪਇਆ ਕਿਸੇ ਵੀ ਬੀਬੀ ਨੂੰ ਨਹੀਂ ਦਿੱਤਾ ਗਿਆ ਏ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦੇ ਰਹੇ ਸਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਤੋਂ ਸਵਾਲ ਪੁੱਛਿਆ ਗਿਆ ਕਿ ਤੇ ਤੁਸੀਂ ਇਹ ਝੂਠੇ ਨਹੀਂ ਬੋਲਿਆ ਹਜ਼ਾਰ ਰੁਪਇਆ ਕਦੋਂ ਦੇਵੋਗੇ ਅਹਿਮ ਜਾਣਕਾਰ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਜਿਹੜਾ ਅਸੀਂ ਅਗਲਾ ਬਜਟ ਪੇਸ਼ ਕਰਨਾ ਏ ਉਸ ਦੇ ਨੇੜੇ ਤੇੜੇ ਪੰਜਾਬ ਦੀਆਂ ਬੀਬੀਆਂ ਨੂੰ ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤਾ ਜਾ ਸਕਦਾ ਹੈ ਜੇਕਰ ਤੁਹਾਨੂੰ ਜਾਣਕਾਰੀ ਦੇਈਏ ਤਾਂ ਮਾਰਚ ਮਹੀਨੇ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਅਗਲਾ ਬਜਟ ਪੇਸ਼ ਕੀਤਾ ਜਾ ਸਕਦਾ ਹੈ ਇਸ ਦਾ ਮਤਲਬ ਹੈ ਕਿ ਜਾਂ ਫਿਰ ਮਾਰਚ ਤੋਂ ਹੀ ਸ਼ੁਰੂ ਹੋ ਜਾਏਗਾ ਬੀਬੀਆਂ ਦਾ 1000 ਰੁਪਏ ਪ੍ਰਤੀ ਮਹੀਨਾ ਜਾਂ ਫਿਰ ਅਪ੍ਰੈਲ ਮਹੀਨੇ ਤੋਂ ਬੀਬੀਆਂ ਨੂੰ 1000 ਰੁਪਏ ਪ੍ਰਤੀ ਮਹੀਨਾ ਸ਼ੁਰੂ ਕੀਤਾ ਜਾ ਸਕਦਾ ਹੈ ਹਾਲਾਂਕਿ ਮੁੱਖ ਮੰਤਰੀ ਨੇ ਅਜੇ ਅੰਦਾਜ਼ਾ ਹੀ ਦੱਸਿਆ ਹੈ ਕਿ ਬਜਟ ਦੇ ਆਸ-ਪਾਸ ਕਿਉਂਕਿ ਬਜਟ ਦੇ ਵਿੱਚ ਪਹਿਲਾਂ ਤਜਵੀਜ਼ ਰੱਖਣੀ ਪੈਣੀ ਹੈ ਪੈਸਾ ਰੱਖਣਾ ਪੈਣਾ ਹੈ ਸਰਕਾਰ ਨੂੰ ਕਿ ਇਹਨਾਂ ਪੈਸਾ ਅਸੀਂ ਇਸ ਸਕੀਮ ਲਈ ਰੱਖਵਾ ਰੱਖਦੇ ਹਾਂ ਉਸ ਤੋਂ ਬਾਅਦ ਇੱਕੋ ਸਕੀਮ ਪੰਜਾਬ ਦੇ ਵਿੱਚ ਲਾਗੂ ਹੋ ਸਕਦੀ ਹੈ ਹੁਣ ਮੁੱਖ ਮੰਤਰੀ ਦੇ ਬਿਆਨ ਤੋਂ ਇੰਜ ਜਾਪਦਾ ਏ ਕਿ ਅਗਲੇ ਬਜਟ ਦੇ ਵਿੱਚ 1000 ਰੁਪਏ ਪ੍ਰਤੀ ਮਹੀਨਾ ਵਾਲਾ ਪੈਸਾ ਵੀ ਸਰਕਾਰ ਦੇ ਵੱਲੋਂ ਰੱਖਿਆ ਜਾ ਸਕਦਾ ਹੈ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਬੀਬੀਆਂ ਨੂੰ 1000 ਰੁਪਏ ਪ੍ਰਤੀ ਮਹੀਨਾ ਮਿਲਣਾ ਸ਼ੁਰੂ ਹੋ ਸਕਦਾ ਹੈ ਮਿਲੇਗਾ ਜਾਂ ਫਿਰ ਨਹੀਂ ਇਹ ਤਾਂ ਅਜੇ ਸਮਾਂ ਆਉਣ ਤੇ ਹੀ ਪਤਾ ਲੱਗੇਗਾ ਅਗਲੀ ਖਬਰ ਦੇ ਵੱਲ ਵਧਦੇ ਹਾਂ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਲੰਘਣ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਕਿ ਪੰਜਾਬ ਦੀ ਸਰਕਾਰ ਸੂਬੇ ਦੇ ਵਿੱਚ ਵਾਪਸ ਆ ਗਈ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਪਰ ਹਰਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ 2024 ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੀ ਇੱਕ ਮੁਹਿੰਮ ਵੀ ਛੇੜ ਦਿੱਤੀ ਗਈ ਹੈ ਵਿਜੇ ਸੰਕਲਪ ਯਾਤਰਾ ਹਰਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਨੇ ਸ਼ੁਰੂ ਕਰ ਦਿੱਤੀ ਹੈ ਆਮ ਆਦਮੀ ਪਾਰਟੀ ਦਾਵਾ ਕਰ ਰਹੀ ਹੈ ਕਿ ਹਰਿਆਣਾ ਦੇ ਵਿੱਚ ਲੋਕ ਬਦਲਾਅ ਚਾਹੁੰਦੇ ਨੇ 2024 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ ਅਤੇ ਸਾਡੀ ਸਰਕਾਰ ਹਰਿਆਣਾ ਦੇ ਵਿੱਚ ਬਣੇਗੀ ਵਿਜੇ ਸੰਕਲਪ ਯਾਤਰਾ ਉੱਥੇ ਸ਼ੁਰੂ ਕਰ ਦਿੱਤੀ ਗਈ ਹੈ ਜਿਹੜੀ ਕਿ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਵਿੱਚ ਜਾਵੇਗੀ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਓ ਹੁਣੇ ਤੋਂ ਹੀ ਆਪ ਦੇ ਲੀਡਰਾਂ ਦੇ ਵੱਲੋਂ ਇਹ ਅਪੀਲ ਲੋਕਾਂ ਨੂੰ ਕੀਤੀ ਜਾਣ ਲੱਗ ਪਈ ਹੈ ਇਸ ਯਾਤਰਾ ਦੇ ਸ਼ੁਰੂ ਹੋਣ ਤੋਂ ਬਾਅਦ ਹੁਣ ਚਰਚਾਵਾਂ ਇਹ ਚੱਲ ਪਈਆਂ ਨੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਡਿਊਟੀ ਛੇਤੀ ਹੀ ਹਰਿਆਣਾ ਦੇ ਵਿੱਚ ਵੀ ਲੱਗ ਸਕਦੀ ਹੈ ਪਰ ਗੁਜਰਾਤ ਅਤੇ ਹਿਮਾਚਲ ਦੀਆਂ ਚੋਣਾਂ ਦੇ ਵਿੱਚ ਮਸ਼ਰੂਫ ਰਹੇਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕਾਫੀ ਬਦਨਾਮੀ ਸਿਆਸੀ ਤੌਰ ਤੇ ਪੰਜਾਬ ਦੇ ਵਿੱਚ ਹੋ ਗਈ ਸੀ ਹੁਣ ਵੇਖਣਾ ਹੋਵੇਗਾ ਕਿ ਅਰਵਿੰਦ ਕੇਜਰੀਵਾਲ ਦੀ ਗੱਲ ਮੰਨ ਕੇ ਹਰਿਆਣਾ ਦੇ ਵਿੱਚ ਚੋਣ ਪ੍ਰਚਾਰ ਕਰਨ ਲਈ ਜਾਂਦੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਾਂ ਫਿਰ ਪੰਜਾਬ ਨੂੰ ਸੰਭਾਲਣਗੇ ਅਤੇ ਸਿਆਸੀ ਤੌਰ ਤੇ ਕਿਉਂਕਿ ਪੰਜਾਬ ਦੇ ਵਿੱਚ ਵੀ 2024 ਦੇ ਵਿੱਚ MP ਦੇ ਇਲੈਕਸ਼ਨ ਹੋਣੇ ਨੇ ਪੰਜਾਬ ਦੇ ਵਿੱਚ ਰਹਿ ਕੇ ਹੀ ਕੰਮ ਕਰਨਗੇ ਅਤੇ MP ਦੀਆਂ ਚੋਣਾਂ ਦੇ ਵਿੱਚ ਵੱਤਵਾਰ ਸੀਟਾਂ ਦਿਵਾਉਣ ਲਈ ਕੋਸ਼ਿਸ਼ ਕਰਨਗੇ ਜਾਂ ਫਿਰ ਹਰਿਆਣਾ ਅਤੇ ਹੋਰਨਾਂ ਸੂਬਿਆਂ ਦੇ ਵਿੱਚ ਜਾ ਕੇ ਆਮ ਦੀ ਪਾਰਟੀ ਲਈ ਚੋਣ ਪ੍ਰਚਾਰ ਕਰਨਗੇ ਸਮਾਂ ਆਉਣ ਤੇ ਇਹ ਵੀ ਵੇਖਣ ਵਾਲੀ ਗੱਲ ਹੋਵੇਗੀ ਅੱਗੇ ਵਧਦੇ ਹਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਕਾਂਗਰਸ ਪਾਰਟੀ ਨੂੰ ਬਹੁਮਤ ਮਿਲ ਗਈ ਪਰ ਮੁੱਖ ਮੰਤਰੀ ਦਾ ਚਿਹਰਾ ਪਹਿਲਾਂ ਅਨਾਉਂਸ ਨਹੀਂ ਕੀਤਾ ਗਿਆ ਸੀ ਇਸ ਕਰਕੇ ਖਿੱਚੋ ਤਾਣ ਬਣੀ ਹੋਈ ਸੀ ਕਿ ਕਿਸ ਨੂੰ ਮੁੱਖ ਮੰਤਰੀ ਬਣਾਈਏ ਹੁਣ ਮੀਡੀਆ ਰਿਪੋਰਟਾਂ ਦੇ ਮੁਤਾਬਕ ਸੁਖਵਿੰਦਰ ਸਿੰਘ ਸੁਖੂ ਨੂੰ ਅਗਲਾ ਮੁੱਖ ਮੰਤਰੀ ਐਲਾਨ ਦਿੱਤਾ ਗਿਆ ਹੈ ਕਾਂਗਰਸ ਪਾਰਟੀ ਦੇ ਵੱਲੋਂ ਜੇ ਤੋ ਬਾਅਦ ਰੌਲਾ ਪੈ ਗਿਆ ਏ ਸਾਬਕਾ ਮੁੱਖ ਮੰਤਰੀ ਵੀਰਪੱਧਰ ਸਿੰਘ ਦੀ ਪਤਨੀ ਪ੍ਰਤਿਭਾ ਸਿੰਘ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਜਾਣਾ ਚਾਹੀਦਾ ਹੈ ਅਤੇ ਮਲਿਕ ਕਾਰਜਣ ਖੜਗੇ ਜਿਹੜੇ ਕਿ ਕਾਂਗਰਸ ਦੇ ਪ੍ਰਧਾਨ ਨੇ ਰਾਸ਼ਟਰੀ ਪੱਧਰ ਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਹਿਮਾਚਲ ਪ੍ਰਦੇਸ਼ ਦੇ ਜੇਤੂ ਵਿਧਾਇਕਾਂ ਦੇ ਨਾਲ ਬੈਠਕ ਕੀਤੀ ਹੈ ਅਤੇ ਵਿਧਾਇਕਾਂ ਦੀ ਸਲਾਹ ਲੈਣ ਤੋਂ ਬਾਅਦ ਹੀ ਇਹ ਫੈਸਲਾ ਲਿਆ ਗਿਆ ਹੈ ਕਿ ਸੁਖਵਿੰਦਰ ਸਿੰਘ ਸੁਖੂ ਨੂੰ ਹਿਮਾਚਲ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਇਆ ਜਾਵੇਗਾ ਗੁਜਰਾਤ ਦੀ ਗੱਲ ਕਰੀਏ ਤਾਂ ਭੁਪਿੰਦਰ ਪਟੇਲ ਹੀ ਇੱਕ ਅਰ ਫਿਰ ਤੋਂ ਗੁਜਰਾਤ ਦੇ ਵਿੱਚ ਮੁੱਖ ਮੰਤਰੀ ਬਣਨ ਜਾ ਰਹੇ ਨੇ ਅਗਲੀ ਖਬਰ ਦੇ ਵੱਲ ਵਧਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਗਾਵਤਾਂ ਦਾ ਦੌਰ ਲਗਾਤਾਰ ਜਾਰੀ ਹੈ ਬੀਬੀ ਜਗੀਰ ਕੌਰ ਨੂੰ ਹੁਣੇ-ਹੁਣੇ ਅਕਾਲੀ ਦਲ ਨੇ ਪਾਰਟੀ 'ਚੋਂ ਬਾਹਰ ਕੱਢਿਆ ਹੈ ਜਗਮੀਤ ਸਿੰਘ ਬਰਾੜ ਨੂੰ ਸੱਦਿਆ ਗਿਆ ਸੀ ਦਲਬ ਕੀਤਾ ਗਿਆ ਸੀ ਅਕਾਲੀ ਦਲ ਦੀ ਅਨਸ਼ਾਸnik ਕਮੇਟੀ ਦੇ ਵੱਲੋਂ ਪਰ ਉਹ ਨਹੀਂ ਪਹੁੰਚੇ ਇੱਕ ਪੱਤਰ ਉਹਨਾਂ ਨੇ ਭੇਜ ਦਿੱਤਾ ਉਸ ਦੇ ਵਿੱਚ ਵੀ ਅਕਾਲੀ ਦਲ ਨੂੰ ਹੀ ਅੱਗੋਂ ਸਲਾਹਾਂ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਅਨਸ਼ਾਸnik ਕਮੇਟੀ ਨੇ ਫੈਸਲਾ ਸੁਣਾ ਦਿੱਤਾ ਕਿ ਜਗਮੀਤ ਸਿੰਘ ਬਰਾੜ ਨੂੰ ਅਕਾਲੀ ਦਲ ਦੇ ਵਿੱਚੋਂ ਕੱਢਿਆ ਜਾਂਦਾ ਹੈ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਗਿਆ ਹੈ ਮੁੱਢਲੀ ਮੈਂਬਰਸ਼ਿਪ ਤੋਂ ਹੀ ਖਾਰਜ ਜਗਮੀਤ ਸਿੰਘ ਬਰਾੜ ਨੂੰ ਕਰ ਦਿੱਤਾ ਗਿਆ ਹੈ ਅਕਾਲੀ ਦਲ ਦਾ ਕਹਿਣਾ ਹੈ ਕਿ ਅਨੁਸ਼ਾਸਨ ਦੇ ਵਿੱਚ ਤਾਂ ਰਹਿਣਾ ਹੀ ਪਵੇਗਾ ਅਤੇ ਅਨੁਸ਼ਾਸਨ ਤੋੜਿਆ ਹੈ ਜਗਮੀਤ ਸਿੰਘ ਬਰਾੜ ਨੇ ਜਿਸ ਕਰਕੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਗਿਆ ਹੈ ਅਗਲੀ ਖਬਰ ਦੇ ਵੱਲ ਵਧਦੇ ਆ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਵੱਲੋਂ ਫਰੀਦਕੋਟ ਦੇ ਕਮਿਸ਼ਨਰ ਦੀ ਇੱਕ ਚਿੱਠੀ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਕਮਿਸ਼ਨਰ ਦੇ ਵੱਲੋਂ ਡਿਪਟੀ ਕਮਿਸ਼ਨਰ ਨੂੰ ਇਹ ਹੁਕਮ ਦਿੱਤੇ ਗਏ ਨੇ ਕਿ ਜਿਹੜਾ ਵੀ ਲਾਇਸੈਂਸ ਰੀਨਿਊ ਕਰਵਾਉਣ ਆਉਂਦਾ ਹੈ ਅਸਲੇ ਦਾ ਲਾਇਸੈਂਸ ਰੀਨਿਊ ਕਰਵਾਉਣ ਆਉਂਦਾ ਹੈ ਉਸ ਦੇ ਅੱਗੇ ਇਹ ਸ਼ਰਤ ਰੱਖੋ ਕਿ ਉਹ ਪਹਿਲਾਂ 5 ਪੌਦੇ ਲਾ ਕੇ ਆਵੇ 5 ਬੂਟੇ ਲਾ ਕੇ ਆਵੇ ਅਤੇ ਬੂਟੇ ਲਾਉਂਦੀਆਂ ਦੀਆਂ 5 ਫੋਟੋਆਂ ਵੀ ਖਿੱਚ ਕੇ ਲਿਆਵੇ ਅਤੇ ਉਸ ਤੋਂ ਬਾਅਦ ਹੀ ਉਸ ਦਾ ਲਾਇਸੈਂਸ ਰੀਨਿਊ ਕੀਤਾ ਜਾਣਾ ਚਾਹੀਦਾ ਹੈ ਇਸ ਫੈਸਲੇ ਦਾ ਸਵਾਗਤ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਵੱਲੋਂ ਕੀਤਾ ਗਿਆ ਹੈ ਕਹਿੰਦੇ ਨੇ ਬਹੁਤ ਵਧੀਆ ਫੈਸਲਾ ਹੈ ਵਾਤਾਵਰਣ ਨੂੰ ਲੈ ਕੇ ਅਜਿਹੇ ਹੋਰ ਵੀ ਫੈਸਲੇ ਕੀਤੇ ਜਾਣੇ ਚਾਹੀਦੇ ਨੇ ਅਗਲੀ ਖਬਰ ਦੇ ਵੱਲ ਵਧਦੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਸਿੱਖ ਸੰਗਤ ਨੂੰ ਇੱਕ ਹੁਕਮ ਜਾਰੀ ਕੀਤਾ ਗਿਆ ਹੈ ਇੱਕ ਦੁਵਿਧਾ ਪੈ ਗਈ ਸੀ ਦੁਵਿਧਾ ਪੈਦਾ ਹੋ ਗਈ ਸੀ 28 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹੈ ਅਤੇ 29 ਦਸੰਬਰ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਹੈ ਗੁਰਪੁਰਬ ਤੋਂ ਇੱਕ ਦਿਨ ਪਹਿਲਾਂ ਨਗਰ ਕੀਰਤਨ ਕੱਢੇ ਜਾਂਦੇ ਨੇ ਨਗਰ ਕੀਰਤਨ ਸਜਾਏ ਜਾਂਦੇ ਨੇ ਇਸ ਵਾਰ ਦੁਵੇਦਾ ਇਹ ਪੈਦਾ ਹੋ ਗਈ ਕਿ 29 ਦਸੰਬਰ ਤੋਂ ਪਹਿਲਾਂ ਦਿਹਾੜਾ ਏ 28 ਦਸੰਬਰ ਜਿਸ ਦਿਨ ਕਿ ਛੋਟੇ ਸਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਹੈ ਸ਼ਹੀਦੀ ਦਿਵਸ ਨੂੰ ਸੋਗ ਦੇ ਤੌਰ ਤੇ ਮਨਾਇਆ ਜਾਂਦਾ ਏ ਇਸ ਕਰਕੇ ਉਸ ਦਿਨ ਨਗਰ ਕੀਰਤਨ ਕਿਵੇਂ ਕੱਢਾਂਗੇ ਇਹ ਮੰਗ ਰੱਖੀ ਜਾ ਰਹੀ ਸੀ ਜਥੇਦਾਰ ਦੇ ਅੱਗੇ ਕਿ ਤੁਸੀਂ ਇਸ ਦੁਵੇਦਾ ਦਾ ਹੱਲ ਕਰੋ ਹੁਣ ਜਥੇਦਾਰ ਨੇ ਸਿੱਖ ਸੰਗਤ ਨੂੰ ਹੁਕਮ ਇਹ ਜਾਰੀ ਕੀਤਾ ਹੈ ਕਿ ਨਗਰ ਕੀਰਤਨ 27 ਦਸੰਬਰ ਨੂੰ ਕੱਢੇ ਜਾਣੇ ਚਾਹੀਦੇ ਨੇ ਵੈਸੇ ਰਵਾਇਤ ਇਹ ਹੈ ਕਿ ਗੁਰਪੁਰਬ ਤੋਂ ਇੱਕ ਦਿਨ ਪਹਿਲਾਂ ਨਗਰ ਕੀਰਤਨ ਸਜਾਏ ਜਾਂਦੇ ਨੇ ਪਰ ਇਸ ਵਾਰ ਸ਼ਹੀਦੀ ਦਿਵਸ ਆਉਣ ਕਰਕੇ 27 ਦਸੰਬਰ ਨੂੰ ਗੁਰਪੁਰਬ ਨਾਲ ਸੰਬੰਧਿਤ ਨਗਰ ਕੀਰਤਨ ਸਜਾਏ ਜਾਣਾ ਇਹ ਹੁਕਮ ਸਿੱਖ ਸੰਗਤ ਨੂੰ ਗੁਰਦੁਆਰਾ ਕਮੇਟੀਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਸੁਣਾ ਦਿੱਤਾ ਗਿਆ ਹੈ ਇਸ ਹਨ ਕੁਝ ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਤੁਹਾਡੇ ਲਈ ਜਾਣਣੀਆਂ ਬਹੁਤ ਜ਼ਰੂਰੀ ਸਨ ਇਹਨਾਂ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ ਜਾਂ ਫਿਰ ਸਾਡੇ ਇਹ ਸ਼ੋਅ ਪੰਜਾਬੀ ਪ੍ਰਾਈਮ ਟਾਈਮ ਬਾਰੇ ਤੁਹਾਡੀ ਕੋਈ رائے ਜਾਂ ਸੁਝਾਅ ਹੈ ਤਾਂ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫੇਰ ਆਜੂ ਰਵਾਂਗਾ ਤੁਸੀਂ ਦੇਖਦੇ ਰਹੋ ਤਾਂ ਪੰਜਾਬ ਟੀਵੀ ਹਰ ਖਬਰ ਦਾ ਸੱਚ